ਮੌਜੂ ਚੌਧਰੀ ਦਾ ਪੁੱਤ ਲਾਡਲਾ ਸਾਂ ਤੇ ਪਿਆ ਵਖਤ ਮੈਨੂੰ ਮੋਇਆ ਬਾਪ ਮੇਰਾ ਇੱਕੋ ਨਜ਼ਰੇ ਉਹ ਸਾਫ ਬਣਾਵੇ ਤੇ ਕਦੋਂ ਨਬਜ ਤੇ ਉਹ ਹੱਥ ਧਰ ਦੇ ਉਹ ਮਰਦੀ ਅੱਲਾ ਦੇ ਅਸਲਾਮ ਵਾਲੇਕਮ, ਸਤਿ ਸ਼੍ਰੀ ਅਕਾਲ, ਅਦਾਬ ਦੋਸਤੋ। ਸਭ ਦਾ ਪੰਜਾਬ ਚੈਨਲ ਨੇ ਇੱਕ ਨਵਾਂ ਐਪੀਸੋਡ ਸ਼ੁਰੂ ਕੀਤਾ ਜਿਸ ਦਾ ਨਾਂ ਜੀ ਪੰਜਾਬੀ ਬੈਠਕ। ਇੱਥੇ ਅਸੀਂ ਵੱਖ ਵੱਖ ਪਿੰਡਾਂ ਦੇ ਵਿੱਚ ਵੱਖ ਵੱਖ ਬਜ਼ੁਰਗਾਂ ਦੇ ਕੋਲ ਜਿਹੜਾ ਉਹਨਾਂ ਕੋਲ ਟੈਲੈਂਟ ਹੈ, ਕਲਾਮ ਪੜ੍ਹਦੇ ਨੇ ਜਾਂ ਸ਼ੇਰ ਓ ਸ਼ਾਇਰੀ ਕਰਦੇ ਨੇ, ਅਸੀਂ ਉਹਨਾਂ ਕੋਲ ਸੁਣਿਆ ਕਰਾਂਗੇ, ਤੁਹਾਡੇ ਤੱਕ ਪਹੁੰਚਾਇਆ ਕਰਾਂਗੇ। ਅੱਜ ਸਾਡੇ ਨਾਲ ਇੱਕ ਬਜ਼ੁਰਗ ਨੇ, ਇਹਨਾਂ ਕੋਲ ਇਹਨਾਂ ਦਾ ਨਾਂ ਪੁੱਛਦੇ ਆ ਜੀ। ਸਲਾਮ ਅਲੈਕੁਮ। ਵਾਲੇਕੁਮ ਸਲਾਮ। ਅੱਛਾ, ਮੁਹੰਮਦ ਤਫੈਲ ਨਾਮ ਹੈ ਆਪਣਾ ਜੀ? ਸਹੀ ਹੋ ਗਿਆ। ਤੁਹਾਡੇ ਵਾਲਦ ਸਾਹਿਬ ਦਾ ਕੀ ਨਾਂ ਹੈ? ਮੁਹੰਮਦ ਆਲਮ। ਮੁਹੰਮਦ ਆਲਮ, ਕਿੰਨੀ ਉਮਰ ਹੈ ਇਸ ਟਾਈਮ? ਇਸ ਟਾਈਮ 72 ਸਾਲ ਦੀ। 72 ਸਾਲ। ਸਾਨੂੰ ਪਤਾ ਚੱਲਿਆ ਸੀ ਜੀ, ਮਾਸ਼ਾਅੱਲਾ ਤੁਸੀਂ ਨਾਤ ਵੀ ਬੜੀ ਜ਼ਬਰਦਸਤ ਪੜ੍ਹਦੇ ਹੋ, ਕਲਾਮ ਵੀ, ਸ਼ੇਰ ਓ ਸ਼ਾਇਰੀ ਵੀ ਕਰਦੇ ਹੋ। ਹਾਂਜੀ, ਸਦਕਾ ਨਬੀ ਪਾਕ ਦਾ ਹਾਂ ਪੜ੍ਹਦੇ। ਮਾਸ਼ਾਅੱਲਾ ਜੀ, ਮਾਸ਼ਾਅੱਲਾ, ਤੁਹਾਡੀ ਆਵਾਜ਼ ਦੇ ਵਿੱਚ ਸਹੀ ਕੜਕ ਹੈ ਜੀ। ਅਤੇ ਅੱਜ ਸਾਨੂੰ ਕੀ ਸੁਣਾ ਰਹੇ ਹੋ? ਅੱਜ ਹੀ ਤੁਹਾਨੂੰ ਪਹਿਲਾਂ ਕੋਈ 3 ਲਫ਼ਜ਼ ਆਪਣੇ ਸੁਣਾ ਰਹੇ ਹਾਂ ਜੀ ਜੀ, ਉਸ ਤੋਂ ਬਾਅਦ ਮੀਆਂ ਮੁਹੰਮਦ ਬਖਸ਼ ਖੜੀ ਸ਼੍ਰੀ ਰਹਿਮਤੁੱਲਾਹ ਅਲੈਹ ਦਾ ਕਲਾਮ ਸੁਣਾਵਾਂਗੇ। ਜ਼ਰੂਰ ਜੀ, ਜ਼ਰੂਰ। ਮੈਂ ਆਪਣੇ ਗਮਾਂ ਦਾ ਖਿਆਲ ਕਰਕੇ ਪੁੱਠੇ ਖੂਹ ਖਿਆਲਾਂ ਦੇ ਗੇੜਦਾ ਰਿਹਾ, ਪਿਆ ਕੰਮ ਤੇ ਕੋਈ ਨਾ ਕੰਮ ਆਇਆ। ਮੈਂ ਜਿਨ੍ਹਾਂ ਦੇ ਕੰਮ ਨਿਬੇੜਦਾ ਰਿਹਾ, ਛੱਡ ਖਾਮ ਖਿਆਲ ਤਫੈਲ ਜੱਗ ਦੇ ਤੂੰ, ਐਵੇਂ ਪਾਣੀ ਚੋਂ ਮੱਖਣ ਨਖੇੜਦਾ ਰਿਹਾ। ਅੱਗੇ ਮੀਆਂ ਮੁਹੰਮਦ ਬਖਸ਼ ਖੜੀ ਸ਼ਰੀਫ ਵਾਲੇ ਫਰਮਾਉਂਦੇ ਨੇ ਕਿ ਜਿਹੜਾ ਅੱਲਾਹ ਦਾ ਵਲੀ ਹੁੰਦਾ ਜੀ ਜੀ, ਉਹ ਨਬਜ ਤੋਂ ਨਹੀਂ ਫੜਦਾ, ਉਹ ਨਿਗਾਹ ਕਰਦਾ। ਸਹੀ ਸਹੀ ਸਹੀ, ਨਬਜ ਤੋਂ ਫੜਦਾ ਹਕੀਮ। ਸਹੀ ਸਹੀ। ਆ ਫਿਰ ਉੱਥੇ ਫਰਮਾਉਂਦੇ ਨੇ, ਉੱਥੋਂ ਦਾ ਇੱਕ ਬਜ਼ੁਰਗ ਆਦਮੀ ਉਹਨਾਂ ਦਾ ਕਲਾਮ ਪੜ੍ਹਦਾ ਸੀ ਪਿਆ ਜੀ ਜੀ। ਮੈਨੂੰ ਉਹਨਾਂ ਦੀ ਤਰਜ ਸੋਹਣੀ ਲੱਗੀ ਜੀ ਜੀ, ਮੈਂ ਫਿਰ ਉੱਥੋਂ ਸੁਣ ਕੇ ਆਣ ਕੇ ਅਤੇ ਮੈਂ ਫਿਰ ਉਹਨਾਂ ਦੀ ਤਰਜ ਦੇ ਵਿੱਚ ਪੜ੍ਹਿਆ ਅਤੇ ਹੁਣ ਮੈਂ ਤੁਹਾਨੂੰ ਸੁਣਾਉਣਾ। ਅੱਛਾ। ਹਾਂਜੀ। ਮੀਆਂ ਸਾਹਿਬ ਫਰਮਾਉਂਦੇ ਨੇ, ਮਰਦ ਹਕੀਮ ਦਿਲਾਂ ਦੇ ਹੁੰਦੇ, ਮਰਦ ਹਕੀਮ ਦਿਲਾਂ ਦੇ ਹੁੰਦੇ ਤੇ ਬਾਤਨ ਕਾਰੀ ਕਰਦੇ, ਇੱਕੋ ਨਜ਼ਰੇ ਉਹ ਸਾਫ ਬਣਾਵੇ ਤੇ ਕਦੋਂ ਨਬਜ ਤੇ ਉਹ ਹੱਥ ਧਰ ਦੇ ਉਹ ਮਰਦੀ ਅੱਲਾ ਦੇ ਉਹ ਸਿਰੇ ਨਹੀਂ ਲਾਈ, ਤੇ ਇਹ ਕੋਈ ਭੇਤ ਨਰਾਲਾ, ਇੱਕੋ ਨਜ਼ਰੇ ਉਹ ਸਾਫ ਬਣਾਵੇ ਤੇ ਮੇਰਾ ਮੁਰਸ਼ਿਦ ਦੰਬੜੀ ਵਾਲਾ, ਤੇ ਪੀਰਾਂ ਬਾਜੀ ਉਹ ਮਰੀਦ ਨਾ ਸੌਂਪਣੇ, ਪੀਰਾਂ ਬਾਜੀ ਉਹ ਮਰੀਦ ਨਾ ਸੌਂਪਣੇ, ਤੇ ਪਰਾਂ ਦੇ ਬਾਜ ਨਾ ਉਹ ਪਰੀਆਂ
ਉਹ ਪੁੱਤਰਾਂ ਬਾਜ ਨਾ ਮਾਵਾਂ ਸੌਂਪਣੇ ਤੇ ਭਾਵੇਂ ਹੋਣ ਦੌਲਤ ਨਾਲ ਭਰੀਆਂ ਤੇ ਯਾਰ ਯਾਰਾਂ ਨੂੰ ਵਿਦਿਆ ਕਰ ਦੇ ਤੇ ਗਲ ਵਿੱਚ ਪਾ ਕੇ ਉਹ ਪੱਲਾ ਉਹ ਟੁਰ ਗੈਨੀ ਯਾਰ ਮੁਹੰਮਦ ਬਖਸ਼ਾ ਤੇ ਬਾਂਜਰਾਂ ਵੇਗਾ ਉਹ ਕੱਲਾ ਆ ਫਿਰ ਅੱਲਾ ਦਾ ਵਲੀ ਫਰਮਾਉਂਦਾ ਹੈ ਮੈਂ ਕਿਸੇ ਦੇ ਨਾਲ ਵਫਾ ਵੀ ਨਹੀਂ ਕੀਤੀ ਅਤੇ ਨਾ ਇਸ ਦੁਨੀਆਂ 'ਤੇ ਰਹੀ ਅਤਬਾਰੀ ਨਾ ਕੋਈ ਰਹਿ ਗਿਆ ਮਹਿਬੂਬ ਕਿਸੇ ਦਾ ਅਤੇ ਨਾ ਇੱਥੇ ਰਹੀ ਕਿਸੇ ਦੀ ਸਰਦਾਰੀ ਪੁਨੇ ਆਜ਼ਮ ਇੱਥੇ ਉਹ ਦਿਲ ਨਾ ਲਾਵੀ ਤੇ ਨਹੀਂ ਤੇ ਰੋਵੇਂਗਾ ਉਮਰਾਂ ਸਾਰੀ ਤੇ ਢਲ ਗਈ ਦੀਗਰ ਤੇ ਪੈ ਗਈਆਂ ਸ਼ਾਮਾਂ ਤੇ ਪੰਛੀ ਘਰਾਂ ਨੂੰ ਆਏ ਉਹ ਜਿਨ੍ਹਾਂ ਨੂੰ ਲੈ ਜਾਏ ਮੌਤ ਮੁਹੰਮਦ ਤੇ ਨਹੀਂ ਉਹ ਭਗਤ ਘਰਾਂ ਨੂੰ ਆਏ ਤੇ ਲਾਏ ਖਾਂ ਯਾਰ ਹਵਾਲੇ ਰੱਬ ਦੇ ਤੇ ਮਿਲ ਲੈ ਜਾਂ ਦੀ ਵਾਰੀ ਇਸ ਮਿਲਣੇ ਨੂੰ ਤੂੰ ਸਹਿਕਦਾ ਰਹਿ ਸੈਂ ਨਹੀਂ ਤੇ ਰੋਸੇਂਗਾ ਉਮਰਾਂ ਸਾਰੀ ਹੋਰ ਮੀਆਂ ਮੁਹੰਮਦ ਬਖਸ਼ ਦਾ ਮੀਰਪੁਰ ਦੀ ਤਰਜੇ ਜੀ ਮੈਂ ਉਹਨਾਂ ਸਾਰੇ ਮਜ਼ਾਰਾਂ ਤੇ ਹੋ ਕੇ ਆਇਆ ਮੈਂ ਜਨਾਬ ਮੀਆਂ ਮੁਹੰਮਦ ਬਖਸ਼ ਖੜੀ ਸ਼ਰੀਫ ਰਹਿਮਤੁੱਲਾ ਅਲੈਹ ਦੇ ਮਜ਼ਾਰ ਤੇ ਮੈਂ ਗਿਆ ਉੱਥੇ ਇੱਕ ਮੇਰੀ ਉਮਰ ਦੇ ਬਾਬਾ ਜਿਹਾ ਪੜ੍ਹਦਾ ਸੀ ਪਿਆ ਮੈਨੂੰ ਉਹਦੀ ਤਰਜ ਸੋਹਣੀ ਲੱਗੀ ਹਾਂਜੀ ਤੁਸੀਂ ਵੱਖਰੇ ਵੱਖਰੇ ਜਾ ਕੇ ਦਰਬਾਰਾਂ 'ਚ ਵੀ ਦੂਸਰਾ ਗਾਇਆ ਤੁਸੀਂ ਹਾਂਜੀ ਮੈਂ ਮਾਸ਼ਾਅੱਲਾ ਮੈਂ ਅਨਪੜ੍ਹ ਆਦਮੀ ਹਾਂ ਬਿਲਕੁਲ ਅਨਪੜ੍ਹ ਆਦਮੀ ਹਾਂ ਇਹ ਸਦਕਾ ਸੋਹਣੇ ਨਬੀ ਪਾਕ ਦਾ ਹੈ ਮੇਰੇ ਕੋਲੋਂ ਜੋ ਵੀ ਕਿਸੇ ਨੇ ਸੁਣਨਾ ਸੁਣ ਲਵੇ ਨਹੀਂ ਜੀ ਅਸੀਂ ਹੁਣ ਸੁਣ ਰਹੇ ਸੀ ਇੱਕੋਦਮ ਤੁਹਾਡੇ ਵਾਲੀ ਸਾਰੀ ਤਵੱਜੋ ਸੀ ਕਿ ਐਡਾ ਜ਼ਬਰਦਸਤ ਮਾਸ਼ਾਅੱਲਾ ਆਵਾਜ਼ ਤੁਹਾਡੀ ਅੱਛਾ ਅੱਛਾ ਜੀ ਉਹ ਮਤਲਬ ਕਿ ਹੁਣ ਬੜੇ ਪਾਇਆ ਆ ਤੇ ਕੁਛ ਆ ਨਾ ਠੰਡ ਜੇ ਦੇ ਨਾਲ ਕਿਉਂ ਬੜੇ ਪਾਇਆ ਇਹਦੇ ਠੰਡ ਜੇ ਦੇ ਨਾਲ ਨਾ ਕੁਛ ਜਿਵੇਂ ਉਸ ਤੋਂ ਬਾਅਦ ਤੁਸੀਂ ਮੱਝਾਂ ਵੀ ਸਾਂਭਦੇ ਹੋ ਇਕੱਲੇ ਬੰਦੇ ਹਾਂ ਜੀ ਮੈਂ ਮਾਸ਼ਾਅੱਲਾ ਸਾਰੇ ਕੰਮ ਕਰਦਾ ਇਸ ਉਮਰ ਦੇ ਵਿੱਚ ਅਸੀਂ ਤਾਂ ਹੈਰਾਨ ਹੋ ਗਏ ਬੰਦਾ ਯਾਰ ਜੀ 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 ਮੈਂ ਜੀ ਤੁਹਾਡੇ ਮਾਸ਼ਾਅੱਲਾ ਦਾਦਾ ਸਾਹਿਬ ਦੇ ਨਾਲ ਜ਼ਿੰਦਗੀ ਨਿਗਾਈ ਹੈ ਚਾਚੇ ਵਕੀਲ ਖਾਨ ਨਾਲ ਅਤੇ ਤੁਹਾਡੇ ਦਾਦਾ ਜੀ ਅਫਜ਼ਲ ਖਾਨ ਦੇ ਨਾਲ ਅਸੀਂ ਤਿੰਨੇ ਬਹਿੰਦੇ ਹੁੰਦੇ ਸੀ ਅਤੇ ਮਤਲਬ ਕਿ ਅੱਲਾ ਦਾ ਫਜ਼ਲ ਹੈ ਅਤੇ ਸਦਕਾ ਸੋਹਣੇ ਨਬੀ ਪਾਕ ਦਾ ਵੱਡੀ ਗੱਲ ਇਹ ਕਿ ਮੈਨੂੰ ਲਾਲਚ ਨਹੀਂ ਹਾਂਜੀ ਕਿ ਮੈਨੂੰ ਲਾਲਚ ਨਹੀਂ ਅਤੇ ਮੈਂ ਲਾਹੌਰ ਸਿੱਧਾ ਚਾਰ ਮਿਲਾਦ ਜਾਂਦਾ ਅਤੇ ਸਦਕਾ ਸੋਹਣੇ ਨਬੀ ਪਾਕ ਦਾ ਮਤਲਬ ਕਿ ਮੇਰੇ ਮੁਕਾਬਲੇ 'ਤੇ ਉੱਥੇ ਕੋਈ ਨਾਥ ਖਾਂ ਨਹੀਂ ਬੋਲਦਾ ਸੱਚੀ ਮੁੱਚੀ ਗੱਲ ਹੈ ਪੁੱਛ ਲਓ ਪਿੰਡ ਵਾਲਿਆਂ ਨੂੰ ਚਲੋ ਇੱਕ ਹੋਰ ਸਾਨੂੰ ਸੁਣਾ ਦਿਓ ਫਿਰ ਉਸ ਤੋਂ ਬਾਅਦ ਤੁਹਾਡੇ ਕੋਲ ਜਿਆਦਾ ਚਾਹੁੰਦੇ ਫਿਰ ਇਨਸ਼ਾਅੱਲਾ ਜਿੱਦਾਂ ਤੁਪ ਚੜੀ ਨਾ ਜਿੰਨਾ ਮਰਜ਼ੀ ਮੇਰੀ ਕਿਹੜੀ ਬੈਟਰੀ ਮੁੱਕਣ ਡੀ ਮੈਂ ਤੇ ਲੱਭਦਾ ਕੋਈ ਬੰਦੇ ਮੈਨੂੰ ਸੁਣਨ ਵਾਲੇ ਹੋਣ ਅੱਛਾ ਇੱਕ ਲੁਹਾਰ ਦੀ ਤਰਜੇ ਸੁਣਾਵਾਂ ਸੁਣਾਓ ਜਿਹੜਾ ਤੁਹਾਨੂੰ ਜ਼ਬਰਦਸਤ ਲੱਗਦਾ ਮੈਨੂੰ ਸਾਰੇ ਜ਼ਬਰਦਸਤ ਹਾਂਜੀ ਸੁਣਾ ਦਿਓ ਜੀ
ਰਾਂਝਾ ਜਾਤ ਦਾ ਜੱਟ ਸਾਂ ਉਹ ਨੱਡੀਏ ਨੀ ਵਤਨ ਤਖਤ ਹਜ਼ਾਰਾ ਹੈ ਆਪ ਮੇਰਾ ਮੌਜੂ ਚੌਧਰੀ ਦਾ ਪੁੱਤ ਲਾਡਲਾ ਸਾਂ ਤੇ ਪਿਆ ਵਖਤ ਮੈਨੂੰ ਮੋਇਆ ਬਾਪ ਮੇਰਾ ਤੇ ਪਾਈਆਂ ਅੱਜ ਜ਼ਮੀਨ ਮੈਨੂੰ ਵੰਡ ਦਿੱਤੀ ਪਿਆ ਮੀਨਾ ਪਾਇਆ ਉਹ ਮੈਂ ਆਪ ਫੇਰਾ ਮੈਨੂੰ ਮਾਰ ਕੇ ਬੋਲੀਆਂ ਭਾਬੀਆਂ ਨੇ ਕੀਤਾ ਅੰਦਰੋਂ ਜਿਗਰ ਕਬਾਬ ਮੇਰਾ ਤੇ ਵਾਰਸ ਸ਼ਾਹ ਦਾ ਜਿਗਰ ਦੋ ਖਨ ਹੋਇਆ ਜਦੋਂ ਵੇਖਿਆ ਆਲ ਖਰਾਬ ਮੇਰਾ ਮਾਸ਼ਾਅੱਲਾ ਜੀ ਮਾਸ਼ਾਅੱਲਾ ਬੜਾ ਜ਼ਬਰਦਸਤ ਤੇ ਠੀਕ ਹੈ ਬਜ਼ੁਰਗੋ ਇਨਸ਼ਾਅੱਲਾ ਬਾਕੀ ਤੁਹਾਡੇ ਨਾਲ ਮੁਲਾਕਾਤ ਅਗਲੇ ਹਫ਼ਤੇ ਰੱਖਾਂਗੇ ਠੀਕ ਹੈ ਬੜੀ ਮਿਹਰ ਤੁਹਾਨੂੰ ਜਲਦੀ ਹੈ ਹਾਂਜੀ ਮੈਂ ਜੋ ਕਵੋ ਮੇਰੇ ਪੁੱਤ ਕਹਿਣਗੇ ਮੈਂ ਨਾ ਹੁਣ ਹਰ ਹਫ਼ਤੇ ਤੁਹਾਡੇ ਕੋਲ ਆਇਆ ਕਰਨਾ ਕਿਉਂਕਿ ਅਸੀਂ ਜਾਂਦੇ ਬਜ਼ੁਰਗਾਂ ਦਾ ਸਾਨੂੰ ਪਿਆਰ ਹੀ ਬੜਾ ਤੁਹਾਡੇ ਕੋਲ ਹਰ ਅੱਠੀ ਦਿਨ ਕੋਈ ਨਾ ਕੋਈ ਕਲਾਮ ਸੁਣਿਆ ਕਰਨਾ ਠੀਕ ਹੈ ਨਾ ਠੀਕ ਬਹੁਤ ਮਿਹਰਬਾਨੀ ਬਹੁਤ ਸ਼ੁਕਰੀਆ ਸਭ ਦਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਬੈੱਲ ਆਈਕਨ ਨੂੰ ਵੀ ਦਬਾ ਦਿਓ ਨਵੀਆਂ ਵੀਡੀਓ ਦੇਖਣ ਵਾਸਤੇ